पंजाब दे विच अमन कानून की स्थिति लगातार बिगड़ती जा रही है। पुलिस प्रशासन का किसी नूं कोई डर ही नहीं है। कदे शरियाम फायरिंग हो जाती है ते कदे कतल हो जाते हैं। ताज़ा मामला फगवाड़ा दे नेड़ले पिंड पांडवा तो सामने आया जिथे कि शरियाम गुंडागर्दी की गई। एक परिवार के उत्ते कुछ शरारती अंसरां दे वल्लों फायरिंग कर दी गई। पीड़ित जिंदर कुमार का कहना है कि उसका घर बन रहा है, जिसके कारण रात नूं वो अपने घर के बाहर अपने पूरे परिवार के नाल बैठा सी। इस दौरान कुछ लोग मोटरसाइकिल दे उत्ते सवार होके आउंदे ने अते ताबड़तोड़ गोलियां चला के फरार हो जाते हैं। इस घटना नूं लैके उन्होंने पुलिस नूं भी इसकी जानकारी दी है। ਰਜਿੰਦਰਪਾਲ ਜੀ ਕਿਹੜੇ ਪਿੰਡ ਤੋਂ ਤੁਸੀਂ? ਪੰਡਵੇ ਤੋਂ ਜੀ। ਹਾਂਜੀ, ਕੀ ਮਾਮਲਾ ਹੈ ਜਿਹੜਾ? ਮਾਮਲਾ ਜੀ ਸਾਡੇ ਮੇਰੇ ਭਤੀਜੇ ਨੂੰ ਪਹਿਲਾਂ ਚੱਕਿਆ ਸੀ, ਇਹਨੇ 15 ਮਹੀਨੇ ਹੋ ਗਿਆ ਜੀ, ਇਹਨਾਂ 'ਤੇ ਕੇਸ ਦਰਜ ਹੋਇਆ ਆ। ਇਹਨੇ ਪੁਲਿਸ ਨੇ ਹਜੇ ਤੱਕ ਉਹ ਨਹੀਂ ਕੀਤਾ। ਫਿਰ ਮੇਰੇ ਮੁੰਡੇ ਨੂੰ ਟੈਂਚੀ 'ਤੇ ਇਹਨੇ ਵੱਢਿਆ ਜੀ, ਫਿਰ ਅਸੀਂ ਉੱਧਰ ਉਹ ਵੀ ਇਹਨਾਂ 'ਤੇ ਬਣਿਆ ਕੇਸ, ਪੁਲਿਸ ਨੇ ਕੁਛ ਨਹੀਂ ਕੀਤਾ ਜੀ। ਆ ਸਾਰੇ ਤੁਹਾਨੂੰ ਪੇਪਰ ਦਿਖਾਉਂਦੇ ਹਾਂ, ਸਾਰੇ ਪੇਪਰ ਦਿਖਾਉਂਦੇ ਹਾਂ ਤੁਹਾਨੂੰ, ਜਿਹੜੇ ਕਿ ਜਿਹੜੇ ਇਹਨਾਂ ਦਾ ਕੇਸ ਬਣੇ ਆ। ਆ ਖੇੜੇ ਮੁੰਡਾ ਇਹ ਨਹੀਂ ਵੱਢਿਆ, ਪੁਲਿਸ ਨੇ ਹਾਲੇ ਤੱਕ ਕੱਖ ਨਹੀਂ ਕੀਤਾ ਜੀ। ਹੈਂ, ਆ ਸਰਾੜੀ ਮੁੰਡੇ ਨੂੰ ਇੱਥੋਂ ਪਤਾਰੇ ਤੋਂ ਪੁਲਿਸ ਆਈ ਇੱਕ ਦਿਨ, ਇਹਨਾਂ ਦੇ ਛੱਤਾਂ 'ਤੇ ਘੁੰਮਦੀ ਸੀਗੀ, ਪਤਾਰੇ ਤੋਂ ਜਲੰਧਰ ਤੋਂ। ਜਿਹੜੀ ਦੇਰ ਰਾਤ ਤੁਹਾਡੇ ਇੱਥੇ ਫਾਇਰਿੰਗ ਹੋਈ ਆ? ਹਾਂਜੀ। ਉਹ ਕੌਣ ਵਿਅਕਤੀ ਸੀਗੇ ਜਿਹਨਾਂ ਨੇ ਫਾਇਰਿੰਗ ਇੱਥੇ? ਗੋਡੂ ਆ, ਪ੍ਰਿੰਸ ਆ ਜੀ, ਇੱਕ ਉਹਨਾਂ ਦਾ ਮੁੰਡਾ ਆ, ਇੱਕ ਹੋਰ ਨਾਲ ਆ ਜੀ। ਅਤੇ ਕੀ ਲੱਗਦੀ ਤੁਹਾਡੀ ਕੋਈ ਰੰਜਿਸ਼ ਹੈ ਪੁਰਾਣੀ? ਇਹ ਕੋਈ ਰੰਜਿਸ਼ ਨਹੀਂ ਹੈ ਸਾਡੀ ਤਾਂ ਜੀ। ਜਿਸ ਤਰ੍ਹਾਂ ਤੁਹਾਡੇ ਮੁੰਡੇ ਨੂੰ ਵੱਢਿਆ ਸੀ ਤੇ ਇਹਦੀ ਤੁਸੀਂ ਥਾਣਾ ਸਤਨਾਮਪੁਰ ਸ਼ਿਕਾਇਤ ਕੀਤੀ ਸੀ? ਕੀਤੀ ਸੀ। ਤੇ ਕੀ ਕਾਰਵਾਈ, ਪਰਚਾ ਦਰਜ ਹੋਇਆ ਸੀ? ਪਰਚਾ ਹੋਇਆ ਜੀ, ਆ ਤੁਹਾਨੂੰ ਦਿਖਾਉਂਦੇ ਆ ਰਿਪੋਰਟ। ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ? ਕੋਈ ਵੀ ਨਹੀਂ ਹੋਈ। ਪੁਲਿਸ ਆਈ ਸੀ ਮੌਕੇ ਤੇ? ਰਾਤ ਪੁਲਿਸ ਆਈ ਆ, ਰਾਤੀ ਵੀ ਆਈ ਆ ਜੀ। ਤੇ ਜਿਹੜਾ ਜਿਹੜਾ ਮੁੰਡੇ ਤੇ ਹਮਲਾ ਹੋਇਆ ਸੀ, ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਕਿ ਕੋਈ ਕਾਰਵਾਈ ਨਾ ਹੋਈ? ਮਿਲੇ ਆ ਜੀ। ਕੀ ਕਿਹਾ ਉਹਨਾਂ? ਇੱਥੇ ਬਹੁਤ ਸਾਡੇ DSP ਨੂੰ ਮਿਲੇ ਆ, ਇੱਥੇ SSP ਆਪਣੇ ਇੱਥੇ ਬਾਈਆ ਸਾਹ ਹੁੰਦੇ ਸੀਗੇ, ਹਰੇਕ ਦਰਖਾਸ਼ ਉਹਨਾਂ ਤੋਂ ਦੱਸ ਕੇ ਆਉਂਦੇ ਸੀ ਆਹ ਕੰਮ ਹੋਇਆ ਜੀ। SP ਉੱਥੇ, SSP ਕਪੂਰਥਲੇ ਤੱਕ ਵੀ ਅਸੀਂ ਗਏ ਹਾਂ। ਇਹ ਹੁਣ ਕਿੰਨੇ ਕੁ ਵਜੇ ਚੱਲੀਆਂ ਗੋਲੀਆਂ? ਇਹ ਦੇਖੋ 9:10 ਹੋਏ ਹੋਣੇ। ਕਿੰਨੇ ਫਾਇਰ ਕੀਤੇ ਉਹਨਾਂ ਨੇ? 3 ਫਾਇਰ ਹੋਏ ਆ ਜੀ, ਇੱਕ ਮਿਸ ਹੋਈ ਆ, ਆ 2 ਫਾਇਰ ਹੋਏ ਆ। ਖੋਲ ਵਗੈਰਾ ਹੈ ਤੁਹਾਡੇ ਕੋਲ? ਆ ਤੇ ਇਹ ਹੈਗੇ ਜੀ। ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਇਹਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਸਾਡੀ ਜਾਨ ਨੂੰ ਖਤਰਾ, ਸਾਡੀ ਜਾਨ ਨੂੰ ਖਤਰਾ ਆ। ਮੇਰੇ ਕੋਲ ਵੇਲਣਾ ਜਾਂ ਰਾਸ ਵਾਲਾ, ਅਸੀਂ ਉਹ ਨਹੀਂ ਬਾਹਰ ਲਿਜਾ ਸਕਦੇ, ਆਪਣੇ ਨਿਆਣਿਆਂ ਨੂੰ ਅਸੀਂ ਕੰਮਾਂ 'ਤੇ ਨਹੀਂ ਭੇਜ ਸਕਦੇ। ਕੋਈ ਕੈਮਰੇ ਕੁਮਰੇ ਲੱਗੇ ਇੱਥੇ? CCTV ਕੈਮਰੇ ਵਿੱਚ? ਕੈਮਰੇ ਲੱਗੇ ਆ ਭਾਜੀ, ਅਗਲੇ ਡਰਦੇ ਦੱਸਦੇ ਵੀ ਹੈ ਨਹੀਂਗੇ, ਕੈਮਰੇ ਦਾ ਸਰਪੰਚ 'ਤੇ ਵੀ ਲੱਗੇ ਆ। SHO ਆਇਆ ਸੀ ਤਾਂ ਕੀ ਭਰੋਸਾ ਦਿਵਾਇਆ ਤੁਹਾਨੂੰ? SHO ਰਾਤੀ ਆਏ ਸੀਗੇ ਜੀ, ਸਵੇਰੇ ਨਹੀਂ ਆਏ। ਹੁਣ ਸਵੇਰੇ ਅਸੀਂ ਸਰਪੰਚ ਕੋਲ ਦਿਖਾ ਕੇ ਆਏ, ਜਿੱਦਾਂ ਉਹਨੇ ਸਾਡੇ ਨਾਲ ਵਾਅਦਾ ਕੀਤਾ ਦੁਪਹਿਰੋਂ ਬਾਅਦ ਆਵਾਂਗੇ, ਹਾਲੇ ਤੱਕ ਨਹੀਂ। ਸਰਪੰਚ ਕੌਣ ਆ ਜੀ ਇੱਥੇ ਦਾ? ਅਵਤਾਰ ਸਿੰਘ ਜੀ। ਰਾਤ ਇਹ ਕੋਈ ਪਤਾ ਨਹੀਂ ਬਦਮਾਸ਼ੀ ਕਰਨ ਆਉਂਦੇ ਆ ਉਹ। ਕੌਣ ਬੰਦੇ ਬੰਦੇ ਜਿਹੜੇ ਬਦਮਾਸ਼ੀ ਕਰਦੇ? ਬਦਮਾਸ਼ੀ ਆ ਘਰ ਉਹਨਾਂ ਦੇ ਨਾਲ ਹੀ ਹੈ ਜੀ। ਕੋਈ ਨਾਮ ਵਗੈਰਾ ਹੈ ਉਹਨਾਂ ਦੇ? ਹਾਂਜੀ, ਗੋਲੂ ਇੱਕ ਨਾਂ, ਇਹ ਪ੍ਰਿੰਸ, ਤੇ ਤੀਜੇ ਬੰਦਾ ਨਹੀਂ ਅਸੀਂ ਦੇਖਿਆ ਵੀ, ਉਹ ਤੀਜਾ ਬੰਦਾ, 3 ਖੜੇ ਸੀ ਮਿੱਤਰ। ਗੋਲੀਆਂ ਚਲਾਈਆਂ ਕਿਉਂ? ਪਤਾ ਨਹੀਂ ਕਿਉਂ ਚਲਾਈਆਂ। ਇਸ ਤੋਂ ਪਹਿਲਾਂ ਵੀ ਤੁਹਾਡੇ ਤੇ ਹਮਲਾ ਹੋਇਆ? ਹਾਂ, ਆ ਗੇਟ, ਉਹ ਦੇਖੋ ਗੇਟ ਵੱਡਿਆ ਹੋਇਆ, ਉਹ ਦੇਖੋ ਇੱਥੇ ਮੇਰਾ ਗੇਟ ਹੁੰਦਾ ਸੀਗਾ, ਉਹ 'ਚ ਵੀ ਇੱਕ ਗੜਾਸਾ ਲੱਗਾ ਹੋਇਆ। ਇਹ ਤਾਂ ਅਸੀਂ ਜਦੇ ਜਦੇ ਫੋਰਸ ਨੂੰ ਦੱਸਦੇ ਹਾਂ। ਜਿਹੜੀ ਸਾਰੀਆਂ ਗੱਲਾਂ ਬਾਤਾਂ ਤੁਸੀਂ ਪੁਲਿਸ ਨੂੰ ਦੱਸੀਆਂ ਸੀ ਇਸ ਤੋਂ ਪਹਿਲਾਂ? ਹਾਂਜੀ ਹਾਂਜੀ। ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਨਹੀਂ ਕੀਤੀ। ਤੇ ਹੁਣ ਕੀ ਮੰਗ ਕਰਦੇ? ਜਿਹੜੇ ਰਾਤ ਗੋਲੀਆਂ ਚੱਲੀਆਂ, ਕੀ ਮੰਗ ਕਰਦੇ ਹੋ? ਕੀ ਅਸੀਂ ਤਾਂ ਕਹਿੰਦੇ ਅੰਦਰ ਹੋਣੇ ਚਾਹੀਦੇ ਹੋ। ਕਿੰਨੇ ਬੰਦੇ ਆਏ ਸੀਗੇ ਜੀ? 3। ਪੈਦਲ ਹੀ ਸੀ ਉਹ? ਪਿੱਛੇ ਗੱਡੀ ਖੜੀ ਕੀਤੀ ਹੋਵੇ, ਗੱਡੀ ਹੋਵੇ, ਮੋਟਰਸਾਈਕਲ ਹੋਵੇ, ਇੱਥੇ ਪੈਦਲ ਹੀ ਆਏ ਸੀ? ਹਾਂਜੀ, ਇੱਥੇ ਪੈਦਲ ਆਏ। ਹਵਾਈ ਫਾਇਰ ਕੀਤੇ ਇਹਨਾਂ ਨੇ? ਹਾਂਜੀ। ਕਿੰਨੇ ਫਾਇਰ ਕੀਤੇ ਜੀ? ਇਹ 2 ਫਾਇਰ ਉਹਨਾਂ ਕੋਲ, 3 ਕੀਤੇ ਆ ਉਹਨਾਂ ਨੇ, ਇੱਕ ਮੈਸ ਹੋ ਗਿਆ ਉਹਨਾਂ ਤੋਂ, ਆ ਪਈਆਂ ਗੋਲੀਆਂ ਹਜੇ ਦੇਖ ਲਓ। ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ? ਹਾਂਜੀ, ਪੁਲਿਸ ਆਈ ਸੀ ਮੌਕੇ ਤੇ? ਮੌਕੇ ਤੇ ਆਈ ਹੈ। ਇਹ ਕੱਲ੍ਹ ਸਾਨੂੰ ਆਇਆ ਸੀ ਫੋਨ, ਤਕਰੀਬਨ 10:30-11 ਵਜੇ ਫੋਨ ਆਇਆ ਸੀ, ਅਤੇ ਮੈਂ ਮੌਕੇ 'ਤੇ ਗਿਆ ਸੀ। ਉੱਥੇ ਜਿਹੜੇ ਪਿੰਡ ਵਾਲੇ ਸੀ ਉਹ ਕਹਿੰਦੇ ਸੀ ਇੱਥੋਂ ਮੁੰਡੇ ਲੰਘੇ ਨੇ ਜਿਨ੍ਹਾਂ ਨੇ ਹਵਾ 'ਚ ਫਾਇਰ ਕੀਤੇ ਨੇ, ਅਤੇ ਉਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ, ਅਤੇ ਜਿਹੜੀ ਵੀ ਜਾਂਚ ਸਾਹਮਣੇ ਆਊਗੀ ਫਿਰ ਤੁਹਾਨੂੰ ਦੱਸਿਆ ਜਾਊਗਾ। ਦੇਖ ਰਹੇ ਬਾਕੀ ਜੋ ਇਹਨਾਂ ਦਾ ਪਤਾ ਲੱਗਿਆ ਜ਼ਰੂਰ। ਸਰ ਕਿੰਨੇ ਫਾਇਰ ਕੀਤੇ ਇਹਨਾਂ ਨੇ? ਇਹਨਾਂ ਨੇ ਕਿਹਾ ਉੱਥੇ 2 ਫਾਇਰ ਕੀਤੇ ਨੇ ਆਵਾਜ਼ ਚਲਾਈਆਂ ਕਿਹਨਾਂ ਦੇ ਕੁਛ ਸਾਹਮਣੇ ਆ? ਇਹ ਨਹੀਂ ਹਜੇ ਕੁਛ ਸਾਹਮਣੇ। ਜਿਹਨਾਂ ਨੇ ਗੋਲੀਆਂ ਚਲਾਈਆਂ ਨੇ ਤੇ ਪਹਿਲਾਂ ਕੋਈ ਮਾਮਲਾ ਮੂਲਾ ਦਰਜ ਪਹਿਲਾਂ ਹੈਗੇ ਨੇ ਮਾਮਲੇ ਦਰਜ ਉਹਨਾਂ ਨੇ?
ਤੇ ਆਪਣੇ ਸਿਟੀ ਫਗਵਾੜਾ ਵੀ ਹੈ ਸਾਡੇ ਵੀ ਦਰਜ ਸਤਨਾਮ ਉਹਨਾਂ ਦੇ ਨਾਮ ਵਗੈਰਾ ਕਲੀਅਰ ਹੋਏ ਜਿਹਨਾਂ ਨੇ ਉਹਦਾ ਨਾਮ ਇੱਕ ਤਾਂ ਗੋਲੂ ਹੈ ਬਾਕੀ ਦਾ ਨਹੀਂ ਪਤਾ ਮੈਨੂੰ ਅਤੇ ਬਾਕੀ ਪਤਾ ਕਰ ਰਹੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੀ ਦੇਖਦੇ ਜੋ ਬਿਆਨ ਉੱਥੋਂ ਲਿਖਾਣਗੇ ਉਸ ਹਿਸਾਬ ਸਿਰ ਕਰ ਰਹੇ ਅਤੇ ਕਦੋਂ ਤੱਕ ਅਰੈਸਟ ਹੋਣ ਦੀ ਆਸ ਹੈ ਇਹ ਜਲਦੀ ਜਲਦੀ ਇਹਨਾਂ ਨੂੰ ਫੜਾਂਗੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ